ਜਦੋਂ ਅਸੀਂ ਕਣਕ ਬੀਜਣ ਦੇ ਤਰੀਕਿਆਂ ਦੀ ਗੱਲ ਕਰਦੇ ਆ ਨਾ ਤਾਂ ਪੂਰੇ ਪੰਜਾਬ ਨੂੰ ਇੱਕੋ ਰਸੇ ਨਾਲ ਨਹੀਂ ਬੰਨ੍ਹ ਸਕਦੇ ਕਿ ਵੀ ਆਖਰੀ ਤਰੀਕਾ ਕਾਮਯਾਬ ਹੈ। ਪ੍ਰੰਤੂ ਹੁਣ ਤੱਕ ਜਿੰਨੇ ਮਰਜ਼ੀ ਅਸੀਂ ਹਵਾਈ ਤੀਰ ਛੱਡੀ ਜਾਈਏ ਸਾਡੇ ਕੋਲੇ ਇੱਕ ਪਰਫੈਕਟ ਮੈਥਡ ਪਰਾਲੀ ਦੇ ਵਿੱਚ ਕਣਕ ਬੀਜਣ ਦਾ ਨਹੀਂ ਹੈਗਾ। ਜ਼ਿਆਦਾਤਰ ਤਜਰਬੇ ਹੀ ਹੋ ਰਹੇ ਐ। ਭਾਵੇਂ ਕਿ ਹੈਪੀ ਸੀਡਰ ਦਾ ਝਾੜ ਪਿਛਲੇ ਸਾਲ ਬਹੁਤ ਵਧੀਆ ਰਿਹਾ ਹੈ ਮਲਚਿੰਗ ਟੈਕਨੀਕ ਵਾਲੇ ਦਾ ਬਹੁਤ ਵਧੀਆ ਰਿਹਾ ਤੇ ਇਸ ਵੀਡੀਓ ਦੇ ਵਿੱਚ ਮੈਂ ਮਲਚਿੰਗ ਟੈਕਨੀਕ ਨਾਲ ਕਣਕ ਬੀਜਣ ਲੱਗਿਆਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਪਰਾਲੀ ਸਾਂਭਣ ਦੇ ਲਈ ਸਭ ਤੋਂ ਸਸਤਾ ਤੇ ਟਿਕਾਊ ਤੇ ਕਾਮਯਾਬ ਤਰੀਕਾ ਇਹ ਹੀ ਨਿਕਲ ਕੇ ਆਊਗਾ ਕਿ ਮਲਚਿੰਗ ਟੈਕਨੀਕ ਵਾਲੀ ਕਣਕ ਤਾਂ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਹੀ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਆਪਣੇ YouTube ਚੈਨਲ ਮੇਰੀ ਖੇਤੀ ਮੇਰਾ ਖਸਾਨ ਤੇ ਨਵੇਂ ਹੋ ਤਾਂ ਲਾਲ ਬਟਨ ਆਪਕੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਇਹ ਪਿਛਲੇ ਸਾਲ ਦੀ ਕਣਕ ਹੈ ਜਿਹਦੇ ਵਿੱਚ ਪਰਾਲੀ ਦੀ ਮਲਚਿੰਗ ਕੀਤੀ ਹੋਈ ਹੈ ਤਾਂ ਮਲਚਿੰਗ ਤਕਨੀਕ ਦੇ ਵਿੱਚ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਪਹਿਲੀ ਗੱਲ ਤਾਂ ਇਹ ਹੈਗੀ ਐ ਕਿ ਜਿਹੜਾ ਬੀਜ ਹੈ ਆਮ ਖੇਤ ਦੇ ਨਾਲੋਂ 8 ਤੋਂ 10 ਕਿਲੋਗ੍ਰam ਬੀਜ ਵੱਧ ਪਾਉਗਾ ਜਦੋਂ ਬੀਜ ਤੇ ਖਾਦ ਦਾ ਛਿੱਟਾ ਦਿੱਤਾ ਉਸ ਤੋਂ ਉੱਪਰ ਆਪਾਂ ਰੀਪਰ ਜਾਂ ਕਟਰ ਮਾਰਨਾ ਹੈ ਤਾਂ ਜ਼ਮੀਨ ਤੋਂ ਥੋੜਾ ਜਿਹਾ ਉੱਚਾ ਚੱਕ ਕੇ ਮਾਰੋ ਕਿਤੇ ਇਹ ਨਾ ਹੋਵੇ ਕਿ ਉਹਦੀ ਹਵਾ ਦੇ ਨਾਲ ਹੀ ਸਾਰੇ ਬੀ ਇਕੱਠੇ ਹੋ ਜਾਣ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਦੋਂ ਅਸੀਂ ਇਹਨੂੰ ਪਹਿਲਾ ਪਾਣੀ ਲਾਵਾਂਗੇ ਬੀਜ ਨੂੰ ਉੱਗਣ ਵਾਸਤੇ ਤਾਂ ਉਹ ਜੇ ਪਾਣੀ ਅਸੀਂ ਖੇਤ ਚ ਕਈ ਦਿਨ ਭਰੀ ਰੱਖਦੇ ਹਾਂ ਖੜਾ ਰਹਿੰਦਾ ਹੈ ਤਾਂ ਬੀਜ ਸਾਰਾ ਪਾਣੀ ਦੇ ਵਿੱਚ ਗਲ ਜਾਊਗਾ ਤਾਂ ਉਹ ਮਿੱਟੀयां ਜਿਨ੍ਹਾਂ ਦੇ ਵਿੱਚ ਪਾਣੀ ਤਿੰਨ ਤਿੰਨ ਚਾਰ ਚਾਰ ਦਿਨ ਨਹੀਂ ਸੁੱਕਦਾ ਉੱਥੇ ਬਈ ਬੀ ਗਲਣ ਦੀ ਸਮੱਸਿਆ ਆ ਸਕਦੀ ਹੈ ਤਾਂ ਫਿਰ ਪਹਿਲਾ ਪਾਣੀ ਹਲਕਾ ਹੋਵੇ ਤੇ ਉਹ ਪਾਣੀ ਜਿਹੜਾ ਹੈਗਾ ਜਲਦੀ ਤੋਂ ਜਲਦੀ ਖੇਤ ਚ ਜੀਰ ਜਾਵੇ ਇਸ ਚੀਜ਼ ਦਾ ਪ੍ਰਬੰਧ ਹੋਣਾ ਚਾਹੀਦਾ ਜੇ ਤੁਹਾਨੂੰ ਪਾਣੀ ਜੀਰਨ ਦੀ ਸਮੱਸਿਆ ਹੈਗੀ ਹੈ ਫਿਰ ਤੁਸੀਂ ਸਬ ਸਵਾਈਲਰ ਜਾਂ ਸੱਬਲ ਹਲ ਖੇਤ ਦੇ ਵਿੱਚ ਜ਼ਰੂਰ ਮਾਰੋ ਕਿਉਂਕਿ ਤਾਪਮਾਨ ਥੋੜਾ ਜਿਹਾ ਹਾਈ ਹੁੰਦਾ ਇਹਦੇ ਕਰਕੇ ਸ਼ੁਰੂਆਤੀ ਦੌਰ ਦੇ ਵਿੱਚ ਸਿਉਂਕ ਦੀ ਸਮੱਸਿਆ ਆ ਸਕਦੀ ਹੁੰਦੀ ਹੈ ਤਾਂ ਉਹਦੇ ਆਸਤੇ ਬੀਜ ਨੂੰ ਕੀਟਨਾਸ਼ਕ ਦਵਾਈਆਂ ਜਿਵੇਂ ਕਿ ক্লোরোপੈਰੀਫਾਸ ਜਾਂ ਥਾਇਮਥੌਕਸਮ ਲਿਕਵਿਡ ਹੈ 30% ਐਫਐਸ ਵਾਲੀ ਉਹਨਾਂ ਚੋਂ ਇੱਕ ਦੇ ਨਾਲ ਜ਼ਰੂਰ ਸੋਧ ਕੇ ਬੀਜਣਾ ਹੈ ਚੂਵੇ ਦੀ ਸਮੱਸਿਆ ਇਹਦੇ ਵਿੱਚ ਘਟ ਆਉਂਦੀ ਹੈ ਕਿਉਂਕਿ ਪਰਾਲੀ ਡਿੱਗੀ ਹੁੰਦੀ ਹੈ ਤੇ ਜਿਹੜੇ ਦੁਸ਼ਮਣ ਚੂਹੇ ਦੇ ਦੁਸ਼ਮਣ ਪੰਛੀ ਹੈ ਉਹ ਆਸਾਨੀ ਦੇ ਨਾਲ ਉਹਦਾ ਸ਼ਿਕਾਰ ਕਰ ਲੈਂਦੇ ਹੈ ਕਈ ਵੀਰਾਂ ਨੇ ਪਿਛਲੀ ਵੀਡੀਓ ਚ ਕਈ ਤਰੀਕੇ ਦੇ ਕੁਐਸਚਨ ਰੇਜ਼ ਕੀਤੇ ਵੈਸੇ ਤਾਂ ਮੈਂ ਉੱਥੇ ਇੱਕ ਅਲੱਗ ਵੀਡੀਓ ਕਰਾਂਗਾ ਪਰੰਤੂ ਸਭ ਤੋਂ ਵੱਡਾ ਕੁਐਸਚਨ ਇਹ ਸੀ ਕਿ ਸੁੰਡੀ ਕਿੰਨੀ ਕਾਈ ਸੀ ਤਾਂ ਦੋਸਤੋ ਇਹਦੇ ਵਿੱਚ ਸੁੰਡੀ ਨਹੀਂ ਆਈ ਸੀਗੀ ਸੁੰਡੀ ਨਹੀਂ ਆਈ ਕਿਉਂਕਿ ਮਲਚਰ ਨੇ ਕੀ ਕੀਤਾ ਨਾ ਕਿ ਮਲਚਰ ਦੇ ਨਾਲ ਜਦੋਂ ਉਹ ਮਲਚਰ ਪਿੰਜ ਦਾ ਰੂਵ ਵਾਂਗੂ ਪਰਾਲੀ ਨੂੰ ਨਾ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਆਂਡੇ-ਉਂਡੇ ਹੁੰਦੇ ਸਾਰੇ ਤਬਾਹ ਹੋ ਜਾਂਦੇ ਆ ਪਹਿਲੇ ਸਾਲ ਘਾਟ ਏਰੀਏ ਦੇ ਵਿੱਚ ਤਜਰਬਾ ਕਰੋ ਉਸ ਤੋਂ ਬਾਅਦ ਆਪਣੇ ਬਾਕੀ ਖੇਤ ਵਧਾਓ ਜਿਵੇਂ ਹੈਪੀ ਸੀਡਰ ਦੇ ਵਿੱਚ ਯੂਰੀਆ ਥੱਲੇ ਨਹੀਂ ਜਾਂਦੀ ਓਖੇ ਹੀ ਤਰੀਕਾ ਇਹਦੇ ਵਿੱਚ ਵੀ ਅਪਣਾਉਣਾ ਯੂਰੀਆ ਪਾਉਣ ਦਾ ਜਿਵੇਂ ਕਿ 35 40 ਕਿਲੋ ਯੂਰੀਆ ਬਜਾਈ ਟਾਈਮ ਫਿਰ ਇੱਕ ਡੋਜ਼ ਪਹਿਲੇ ਪਾਣੀ ਤੋਂ ਅੱਗੇ ਤੇ ਦੂਸਰੀ ਡੋਸ ਦੂਜੇ ਪਾਣੀ ਤੋਂ ਅੱਗੇ ਜਾਂ ਜਦੋਂ ਮੀਂਹ ਪੈਣ ਵਾਲਾ ਹੋਵੇ ਉਸ ਟਾਈਮ ਤੇ ਤਾਂ ਇਹ ਇਹਦੇ ਵਿੱਚ ਧਿਆਨ ਰੱਖਣਾ ਪਰਾਲੀ ਦੇ ਜਿਹੜੇ ਵੱਡੇ ਢੇਰ ਐ ਭਾਵੇਂ ਕਿ ਉਹਦੇ ਵਿੱਚ ਦੀ ਕਣਕ ਉੱਗਉਂਦੀ ਐ ਪਰ ਉਹ ਵਿੰਗੀ ਟੈਡੀ ਜ਼ੋਰ ਲਾ ਕੇ ਉੱਗੀ ਕਣਕ ਖੀਰ ਤੱਕ ਜਾਂਦੀ ਕੰਮ ਨਹੀਂ ਕਰਦੀ ਇਹਦੇ ਕਰਕੇ ਬੀ ਖਿਲਾੜ ਕੇ ਜਦੋਂ ਉੱਤੇ ਮਲਚਰ ਕਟਰ ਜਾਂ ਰੀਪਰ ਫੇਰਤਾ ਉਸ ਤੋਂ ਬਾਅਦ ਚ ਦੋ ਬੰਦੇ ਲਾ ਕੇ ਜਿਹੜੀਆਂ ਵੱਡੀਆਂ ਢੇਰੀਆਂ ਤੰਗਲੀ ਦੇ ਨਾਲ ਇੱਕ ਸਾਰ ਖਿਲਾਰ ਲਵੋ ਤਾਂ ਕਿ ਬੀਜ ਇੱਕ ਸਾਰ ਉਗੇ ਤਾਂ ਬੀਜ ਖਿਲਾਰਨ ਤੋਂ ਬਾਅਦ ਜਿਹੜਾ ਰੀਪਰ ਜਾਂ ਕਟਰ ਮਾਰਨਾ ਉਹ ਥੋੜਾ ਜਿਹਾ ਉੱਚਾ ਚੱਕ ਕੇ ਮਾਰਨਾ ਜੇ ਜਮਾਂ ਜ਼ਮੀਨ ਦੇ ਨਾਲ ਰੱਖ ਕੇ ਮਾਰਤਾ ਤੇ ਉਹਨੇ ਹਵਾ ਦੇ ਨਾਲ ਸਾਰੇ ਆ ਬੀ ਇੱਕ ਪਾਸੇ ਇਕੱਠਾ ਕਰ ਦੇਣਾ ਤੇ ਫਿਰ ਪਤਾ ਲੱਗੂ ਕਿ ਮੰਜੇ-ਮੰਜੇ ਜਿੰਨੇ ਖੱਪੇ ਰਹਿ ਗਏ ਤੇ ਉਹ ਕਣਕ ਵਾਉਣੀ ਪੈਣੀ ਹੈ ਪਹਿਲਾ ਪਾਣੀ ਦੇਖੋ ਜਿਹੜੀ ਤੁਸੀਂ ਹੈਪੀ ਸੀਡਰ ਦਾ ਕਣਕ ਵੇਚਦੇ ਹੋ ਸੁਪਰ ਸੀਡਰ ਦਾ ਵੇਚਦੇ ਹੋ ਜ਼ੀਰੋ ਟੈਲ ਦਾ ਵੇਚਦੇ ਹੋ ਉਹ ਜ਼ਮੀਨ ਚ ਡੁੱਗੀ ਜਾਂਦੀ ਹੈ ਤੇ ਉਹਦੀਆਂ ਜੜਾਂ ਨਮੀ ਦੇ ਵਿੱਚ ਪਹੁੰਚੀਆਂ ਹੁੰਦੀਆਂ ਹਨ ਪਰੰਤੂ ਇਹਦਾ ਬੀਜ ਉੱਪਰ ਪਿਆ ਹੁੰਦਾ ਜੜਾਂ ਹਜੇ ਡੁੱਗੀਆਂ ਜਾਣੀਆਂ ਹੁੰਦੀਆਂ ਜੇ ਪੱਛੋਂ ਹਵਾ ਜਲਦੀ ਚੱਲ ਜ਼ਿਆਦਾ ਚੱਲਦੀ ਹੈ ਤਾਂ ਉੱਪਰਲੀ ਤਹਿ ਥੋੜੀ ਜੀ ਜਲਦੀ ਖੁਸ਼ਕ ਹੋਣ ਦੀ ਸੰਭਾਵਨਾ ਹੁੰਦੀ ਹੈ ਪਹਿਲੇ ਪਾਣੀ ਤੱਕ ਦਿੱਕਤ ਹੈ ਉਸ ਤੋਂ ਬਾਅਦ ਦਿੱਕਤ ਨਹੀਂ ਉਸ ਤੋਂ ਬਾਅਦ ਤੇਰੀਆਂ ਜੜਾਂ ਉਹਨਾਂ ਨਾਲੋਂ ਵੀ ਡੂੰਘੀਆਂ ਚਲੀਆਂ ਜਾਂਦੀਆਂ ਤੇ ਪਹਿਲਾ ਪਾਣੀ ਆਪ ਦਾ 22 ਤੋਂ 25 ਦਿਨ ਦੇ ਵਿਚਾਲੇ ਧਿਆਨ ਦੇ ਨਾਲ ਆਦਿਓ ਕਿਉਂਕਿ ਪਿਛਲੇ ਸਾਲ ਅਸੀਂ ਇਹ ਸੋਚਦੇ ਸੀ ਕਿ ਇਹਨੂੰ ਪਹਿਲਾ ਪਾਣੀ ਸ਼ਾਇਦ ਲੇਟ ਲਾਉਣਾ ਪਵੇ ਪਰੰਤੂ ਜਦੋਂ ਇਹ ਦੇਖਿਆ ਕਿ ਬਾਕੀ ਤਰੀਕਿਆਂ ਨਾਲ ਵਿਜੀ ਕਣਕ ਨਾਲੋਂ ਇਹਨੇ ਪਹਿਲਾ ਪਾਣੀ ਜਲਦੀ ਮੰਗ ਲਿਆ ਸੀਗਾ ਇਸ ਤੋਂ ਬਿਨਾ ਜਿਹੜੇ ਖੇਤਾਂ 'ਚ ਪਾਣੀ ਜੀਰਨ ਦੀ ਸਮੱਸਿਆ ਸਬਸੋਇਲਰ ਜਰੂਰ ਮਾਰੋ ਤੇ ਇੱਕ ਬੇਨਤੀ ਉਹਨਾਂ ਕਿਸਾਨਾਂ ਨੂੰ ਹੈ ਜਿਨ੍ਹਾਂ ਨੇ ਪਿਛਲੇ ਸਾਲ ਇਸ ਤਰੀਕੇ ਨਾਲ ਕਣਕ ਬੀਜੀ ਸੀ ਆਪ ਦਾ ਤਜਰਬਾ ਕਿਸਾਨਾਂ ਦੇ ਨਾਲ ਸ਼ੇਅਰ ਕਰੋ ਕਮੈਂਟ ਦੇ ਵਿੱਚ ਨੰਬਰ ਦੇ ਸਕਦੇ ਹੋ ਨੰਬਰ ਵੀ ਦੇਵੋ ਬਾਕੀ ਜੇਕਰ ਤੁਸੀਂ ਆਪਣਾ ਤਜਰਬਾ ਸ਼ੇਅਰ ਕਰਦੇ ਹੋ ਇੱਕ ਫੋਨ ਟੈਡਾ ਕਰਕੇ ਪੂਰਾ ਬੋਲ ਕੇ ਇੱਕ ਵੀਡੀਓ ਰਿਕਾਰਡ ਕਰਦੇ ਹੋ ਮੈਂ ਤੁਹਾਡੀ ਉਹ ਵੀਡੀਓ ਚੈਨਲ ਤੇ ਚਲਾ ਦੇਵਾਂਗਾ ਆਪਣਾ ਪੈਨਡ ਫੋਨ ਨੰਬਰ ਸਾਰੀ ਡਿਟੇਲ ਦੇਵੋ ਛਾੜ ਦੱਸੋ ਕਿੰਨਾ ਸੀ ਤਾਂ ਕਿ ਬਾਕੀ ਕਿਸਾਨ ਤੁਹਾਡੀ ਮਦਦ ਲੈ ਸਕਣ ਬਾਕੀ ਇਸ ਵਿਧੀ ਦੇ ਵਿੱਚ ਇੰਨੀ ਤਾਕਤ ਹੈਗੀ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪਰਾਲੀ ਪ੍ਰਬੰਧਨ ਆਸਤੇ ਏਖੇ ਇੱਕ ਵਧੀਆ ਤਰੀਕਾ ਹੋ ਸਕਦਾ ਹੈ ਵੱਡੀ ਗੱਲ ਤਾਂ ਨਦੀਨ ਨਹੀਂ ਹੁੰਦੇ ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਚੰਗੀ ਗੱਲ ਲੱਗਦੀ ਹੈ ਤਾਂ ਫਿਰ ਕਿਹੜੀਆਂ-ਕਿਹੜੀਆਂ ਗੱਲਾਂ ਸੀਆਂ ਇਕਤਾ ਬੀਜ 10 ਕਿਲੋ ਵੱਧ ਪਾਉਣਾ ਹੈ ਬੀਜ ਨੂੰ ਕੀਟਨਾਸ਼ਕ ਦੇ ਨਾਲ ਸੁਧਣਾ ਹੈ ਜਿਹੜਾ ਕਟਰ ਜਾਂ ਚੋਪਰ ਹੈ ਉਹ ਥੋੜਾ ਜਿਹਾ ਉੱਚਾ ਚੱਕ ਕੇ ਮਾਰਨਾ ਹੈ ਪਾਣੀ ਪਹਿਲਾਂ ਘਟ ਤੋਂ ਕੱਟ ਲਉਣਾ ਹੈ ਜਿਹੜੀਆਂ ਜ਼ਮੀਨਾਂ 'ਚ ਪਾਣੀ ਨਹੀਂ ਜੀਰਦਾ ਉੱਥੇ ਬੀਗਣ ਦੀ ਸਮੱਸਿਆ ਆ ਸਕਦੀ ਹੈ ਸੇਮ ਵਾਲੇ ਇਲਾਕਿਆਂ ਦੇ ਵਿੱਚ ਹਜੇ ਤੱਕ ਇਹਨੂੰ ਟ੍ਰਾਈ ਨਹੀਂ ਕੀਤਾ ਤਾਂ ਸੇਮ ਵਾਲੇ ਵੀਰ ਥੋੜਾ ਥੋੜਾ ਏਰੀਆ ਟ੍ਰਾਈ ਕਰਕੇ ਆਪਣਾ ਦੇਖ ਲੈਣ ਜੇ ਕਾਮਯਾਬ ਹੁੰਦਾ ਹੈ ਤਾਂ ਆਉਣ ਵਾਲੇ ਸਾਲਾਂ 'ਚ ਇਹਨੂੰ ਅਪਣਾ ਸਕਦੇ ਹਾਂ ਜੇ ਦਿੱਕਤਾਂ ਆਉਂਦੀਆਂ ਤਾਂ ਫੇਰ ਉਹਨੂੰ ਆਪਾਂ ਛੱਡ ਸਕਦੇ ਹਾਂ ਮੇਰੀ ਤਾਂ ਬੇਨਤੀ ਲਗਭਗ ਜਿਹੜੇ ਜਿਹੜੇ ਵੀਡੀਓ ਦੇਖਦੇ ਸਭ ਨੂੰ ਹੈ ਕਿ ਯਾਰ ਕਿਲਾ ਕਿਲਾ ਟਰਾਈ ਜ਼ਰੂਰ ਕਰੋ ਕਿਉਂਕਿ ਇਹ ਤਰੀਕਾ ਇਸ ਤਰ੍ਹਾਂ ਦਾ ਹੈ ਜਿਹਦੇ ਵਿੱਚ ਕਾਮਯਾਬੀ ਸਾਡੇ ਹੱਥ ਲੱਗੇਗੀ ਇਹ ਪਰਾਲੀ ਦੇ ਇੱਕ ਵੀ ਪੁੱਛ ਰਿਆ ਸੀ ਕਿ ਪਰਾਲੀ ਦੇ ਟਟੋਟੇ ਨਹੀਂ ਹੋਣੇ ਰੀਪਰ ਦੇ ਨਾਲ ਛੋਟੇ ਵੱਡੇ ਟੋਟੇ ਦੀ ਕੋਈ ਗੱਲ ਨਹੀਂ ਕਣਕ ਵਿੰਗੀ ਟੱਡੀ ਹੋ ਕੇ ਨਿਕਲ ਆਉਂਦੀ ਹੈ ਬਸ ਵੱਡੀ ਗੱਲ ਪਾਣੀ ਹੈ ਕਿ ਜੇ ਪਾਣੀ ਜ਼ਿਆਦਾ देर ਖੜਾ ਰਿਹਾ ਬੀ ਦਾ ਛਿੱਟਾ ਇੱਕ ਸਾਰ ਨਾ ਆਇਆ ਪਰਾਲੀ ਦੇ ਵੱਡੇ ਵੱਡੇ ਢੇਰ ਰਹਿ ਗਏ ਤਾਂ ਤੁਹਾਨੂੰ ਦਿੱਕਤ ਹੋ ਸਕਦੀ ਹੈ ਹੋਰ ਇਹਦੇ ਵਿੱਚ ਕੋਈ ਦਿੱਕਤ ਸਾਹਮਣੇ ਨਹੀਂ ਆਈ ਫਿਰ ਵੀ ਜਿਹੜੇ ਕਿਸਾਨਾਂ ਨੇ ਪਹਿਲੀ ਵਾਰ ਕਰਨਾ ਥੋੜੇ ਏਰੀਏ ਦੇ ਵਿੱਚ ਟਰਾਈ ਕਰੋ ਤੇ ਉਸ ਤੋਂ ਬਾਅਦ ਇਸ ਨੂੰ ਗਾਂਹ ਰੈਪਲੀਕੇਟ ਕਰੋ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ